रहमान रहीम, अस्सलाम वालेकुम मेरे तमाम भैन भाइयों, की हाल चाल? उम्मीद करनी है कि ठीक ठाक हो। और अल्लाह पाक का शुक्र है कि ठीक ठाक हाँ। जिते रहो उसने मुस्कुराते रहो, साड़ी दुआ हमेशा तुहाडे नाल हन। अल्लाह पाक खुश रखे, तबाद रखे जी साडे सब भैन भाइयों नूं। अल्लाह पाक जिहड़े बीमार हैगे ने उन्होंने शफा देवे। जिन्हां कोई कारोबार नहीं हैगा अल्लाह पाक जी कारोबार देवे, और जिन्हां कोई औलाद नहीं हैगी अल्लाह पाक नेक औलाद देवे। अल्लाह नूं याद करके अज दा व्लॉग दा करने हैगे आगाज़। और सुबह सुबह तो टाइम हैगा है, और बच्चे ने नाश्ता करवा दिता हैगा है। बच्चे माशाल्लाह काम नूं लगे हुए हैगे ने। नूर फातिमा जिहड़ी हैगी ना, वो शौक हैगा जी खलो के बर्तन धोण दा। ਉਹ ਜੀ ਖਲੋਕ ਵਰਤਨ ਧੋਂਦੀ ਪਈ ਹੈਗੀ ਹੈ। ਔਰ ਮਾਰੀਆ ਜਿਹੜੀ ਹੈਗੀ ਨਾ, ਉਹਨੇ ਝਾੜੂ ਵਗੈਰਾ ਮਾਰਿਆ ਹੈਗਾ ਹੈ। ਅਤੇ ਮਾਸ਼ਾਅੱਲਾ ਕਰਕੇ ਕੰਮ ਸਾਰਾ ਫਿਰ ਆਉਂਦੀਆਂ ਵਿਹਲੀਆਂ। ਅਤੇ ਜੀ ਅੱਲਾ ਨੂੰ ਯਾਦ ਕਰਕੇ ਨਾ ਅਸੀਂ ਵੀ ਅੱਜ ਆਪਣੇ ਕੰਮ ਦਾ ਸ਼ੁਰੂ ਕਰਨ ਲੱਗੇ ਹੈਗੇ ਹਾਂ। ਕਿਉਂਕਿ ਦੂਸਰਾ ਅਸਲਮ ਜੀ ਨਾ ਦੁਕਾਨ ਕਿਰਾਏ 'ਤੇ ਸਾਡੇ ਇੱਥੇ ਮਿਲਦੀ ਹੈਗੀ ਹੈ, 8000 ਰੁਪਏ ਕਿਰਾਇਆ ਹੈਗਾ ਹੈ। ਅਤੇ ਕਹਿੰਦਾ ਕਿ ਮੈਂ ਚਲੋ ਦੁਕਾਨ ਦਾ ਪਤਾ ਕਰ ਲਈ ਨਾ, ਜੇ ਦੁਕਾਨ ਮਿਲ ਗਈ ਤਾਂ ਇਨਸ਼ਾਅੱਲਾ ਅਸੀਂ ਦੁਕਾਨ ਲਵਾਂਗੇ। ਜਿਸ ਤਰੀਕੇ ਕਿ ਸਾਡੀ ਪਹਿਲਾਂ ਹੈਗੀ ਸੀ ਸਬਜ਼ੀ ਦੀ, ਫਰੂਟ ਦੀ, ਕੋਈ ਥੋੜ੍ਹਾ ਬਹੁਤ ਚਲੋ ਨਾਲ ਕੰਮ ਚੱਲ ਜਾਵੇਗਾ ਜੀ, ਨਾਲ ਬੱਚਿਆਂ ਦਾ ਸਰਕਟ ਚੱਲਿਆ ਰਹੇਗਾ ਘਰ ਦਾ ਜੀ। ਅਤੇ ਕੰਮ ਤੋਂ ਬਗੈਰ ਤਾਂ ਨਹੀਂ ਸਰਦਾ ਹੈਗਾ ਜੀ, ਬਿਲਕੁਲ ਕੰਮ ਕਰਾਂਗੇ। ਕਿਉਂਕਿ ਤੰਦੂਰਾਂ ਦਾ ਵੀ ਕੰਮ ਬੰਦ ਹੋ ਗਿਆ ਹੈਗਾ ਹੈ, ਉਹ ਜਦੋਂ ਸੀਜ਼ਨ ਆਵੇਗਾ ਫਿਰ ਹੁੰਦਾ ਹੈ, ਲੇਕਿਨ ਫਿਲਹਾਲ ਬੰਦ ਹੈਗਾ ਹੈ। ਔਰ ਜੀ ਅੱਲਾ ਨੂੰ ਯਾਦ ਕਰਕੇ ਗਏ ਹੋਏ ਹੈਗੇ ਨੇ। ਅੱਲਾ ਕਰਦਾ ਦੁਕਾਨ ਮਿਲਦੀ ਹੈਗੀ ਆ, ਫਿਰ ਸਮਾਨ ਸਮੂਨ ਸਾਡੇ ਕੋਲ ਹੈਗਾ ਸਾਰਾ, ਫੱਟੇ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਹੈਗੀਆਂ। ਸਿਰਫ ਫਿਰ ਅਸੀਂ ਨਾ ਸੌਦਾ ਹੀ ਲਿਆਵਾਂਗੇ ਫੱਟੇ ਵਗੈਰਾ ਜੋੜ ਕੇ ਨਾ, ਫਿਰ ਅਸਲਮ ਜੀ ਆਉਣਗੇ ਅਤੇ ਪੈਸੇ ਪੂਸੇ ਦਾ ਇੰਤਜ਼ਾਮ ਕਰਕੇ ਫਿਰ ਸੌਦਾ ਸੌਦਾ ਲਾਇਆ ਆਣਗੇ। ਅਤੇ ਅੱਲਾ ਪਾਕ ਜੀ ਖੈਰ ਕਰੇਗਾ, ਤਾਂ ਅੱਲਾ ਪਾਕ ਜੀ ਸਭ ਨੂੰ ਕਾਰੋਬਾਰ ਦੇ ਵਿੱਚ ਜਿੰਨਾ ਕੋਈ ਨਹੀਂ ਹੈਗਾ ਅੱਲਾ ਪਾਕ ਜੀ ਸਾਨੂੰ ਵੀ ਦੇਵੇ ਜੀ। ਬਿਲਕੁਲ ਕੰਮ ਤੋਂ ਬਗੈਰ ਬਿਲਕੁਲ ਨਹੀਂ ਇੱਕ ਮਿੰਟ ਵੀ ਗੁਜ਼ਾਰਾ ਹੈਗਾ। ਅਤੇ ਇਨਸ਼ਾ ਅੱਲਾ ਤਾਲਾ ਕੰਮ ਕਰਾਂਗੇ। ਜਿਹੜਾ ਕੰਮ ਹੈ ਨਾ ਉਹਨੂੰ ਮੈਂ ਸ਼ੁਰੂ ਕਰਨ ਲੱਗਾ। ਅੱਲਾ ਤਾਲਾ ਕਰਮ ਕਰਤੀ, ਜਿਹੜੇ ਆਹ ਫਤਿਹ ਆ ਸਾਡੇ ਅਸੀਂ ਕਿਰਾਏ ਉਸ ਨੂੰ, ਕਿਉਂਕਿ ਜ਼ਰੂਰਤ ਇਸਤੇਮਾਲ ਹੋ ਜਾਣ ਜੀ ਦੂਸਰੇ ਵਿੱਚ ਉਹ ਸਾਰੀ ਦੇ ਵਿੱਚ। ਅਤੇ ਹੁਣ ਜਿਹੜਾ ਨਾ ਇਹਦੇ ਬੈਂਚ ਬਣਵਾ ਕੇ ਦੁਕਾਨ 'ਤੇ ਰੱਖਣ ਵਾਸਤੇ, ਜਾਂ ਮਾੜਾ ਮੋਟਾ ਜੋ ਵੀ ਕਾਰੋਬਾਰ ਕਰਨਾ ਉਹਦੇ ਵਾਸਤੇ ਮੈਂ ਬੈਂਚ ਬਣਵਾ। ਹਾਂਜੀ, ਅਤੇ ਇਨ ਸ਼ਾ ਅੱਲਾ ਉਹਦਾ ਕਿਰਾਇਆ ਵੀ 8000 ਰੁਪਏ ਉਹਨਾਂ ਕਿਹਾ ਦੁਕਾਨ ਆਇਆ ਸ਼ਹਿਰ ਦੇ ਵਿੱਚ ਮਿਲੀ ਹੈ। ਅਤੇ ਥੋੜ੍ਹੀ ਥੋੜ੍ਹੀ ਸਬਜ਼ੀ ਫਰੂਟ ਵਗੈਰਾ ਲਿਆ ਕੇ ਜੀ ਬੱਚਿਆਂ ਦੀ ਸ਼ਾਮ ਨੂੰ ਜਿਹੜਾ ਨਾ ਰੋਜ਼ ਹੀ ਲੈ ਆਵਾਂਗਾ। ਅਤੇ ਇਹ ਫੱਤੇ ਵਗੈਰਾ ਜੀ ਮੈਂ ਸਾਰੇ ਜਿਹੜੇ ਨਾ ਥੱਲੇ ਰਕਸ਼ਾ ਖਿਲਾ ਉਹਦੇ ਵਿੱਚ ਜੀ ਮੈਂ ਖਿਲਾ ਦਿੱਤੇ। ਕੋਈ ਅਸੀਂ ਆਪਣੇ ਕਾਰੋਬਾਰ ਦਾ ਬੰਦੋਬਸਤ ਕਰਨ ਲੱਗੇ ਹੈਗੇ ਹਾਂ। ਉਹ ਗਏ ਹੈਗੇ ਨੇ ਆਪਣੇ ਫੱਟੇ ਫੁੱਟੇ ਬਣਵਾਉਣ। ਔਰ ਅਸੀਂ ਇਸ ਵਾਰ ਨਾ ਮੇਰੀ ਕੁਛ ਤਬੀਅਤ ਖਰਾਬ ਹੈਗੀ ਸੀ, ਕੋਈ ਨਾਸ਼ਤਾ ਵਗੈਰਾ ਅਸੀਂ ਨਹੀਂ ਕੀਤਾ ਸੀ, ਇਸ ਵਾਸਤੇ ਅਸੀਂ ਹੁਣ ਲੱਗੇ ਹੈਗੇ ਹਾਂ ਰੋਟੀ ਖਾਣ, ਸਾਰੇ ਬੱਚੇ ਵੀ ਔਰ ਮੈਂ ਵੀ। ਬਾਕੀ ਅਸਲਮ ਜੀ ਆਉਣਗੇ ਤਾਂ ਫਿਰ ਉਹ ਵੀ ਖਾ ਲੈਣਗੇ। ਬਾਕੀ ਨਾ ਮਾਸ਼ਾਅੱਲਾ ਅਸੀਂ ਸਾਰੀ ਰਾਤੀ ਆਲੂ ਅਰਬੀ ਪਕਾਈ ਸੀ, ਉਹ ਵੀ ਪਿਆ ਹੈਗਾ ਸੀ। ਔਰ ਅਸੀਂ ਰਾਇਤਾ ਜਿਹੜਾ ਪਰਸੋਂ ਬਣਾਇਆ ਸੀ ਨਾ ਕੱਲ੍ਹ, ਉਹ ਵੀ ਬਣਿਆ ਪਿਆ ਹੈਗਾ ਸੀ ਫਰਿੱਜ ਦਾ। ਫਰਿੱਜ ਦਾ ਸਾਨੂੰ ਬੜਾ ਫਾਇਦਾ ਹੈਗਾ ਹੈ ਕਿ ਚਲੋ ਕੋਈ ਚੀਜ਼ ਰੱਖ ਲਈਦੀ ਹੈਗੀ ਹੈ। ਅਤੇ ਅੱਲਾ ਪਾਕ ਜੀ ਖੈਰ ਕਰੇ ਜੀ ਇਨਸ਼ਾਅੱਲਾ ਤਾਲਾ। ਔਰ ਬੱਚਿਆਂ ਨੂੰ ਵੀ ਰੋਟੀ ਦਿੰਦੇ ਹੈਗੇ ਸਾਰੇ। ਆਪ ਵੀ ਮੇਰੀ ਤਬੀਅਤ ਖਰਾਬ ਹੋਣ ਦੀ ਵਜ੍ਹਾ ਤੋਂ ਨਾ, ਅਤੇ ਮੈਂ ਨਹੀਂ ਅੱਜ ਕੋਈ ਚੀਜ਼ ਵੀ ਨਹੀਂ ਖਾਧੀ ਹੈਗੀ ਸੀ ਸੁਬਾਹ ਦੀ, ਇਸ ਵਾਸਤੇ ਨੂਰ ਬਾਦਮਾ ਆ ਜਾ ਰੋਟੀ ਖਾ ਦੁਕਾਨ 'ਤੇ ਲਾ ਛੱਡਣ ਜੀ ਇੱਥੇ। ਅਤੇ ਇੱਥੇ ਬਾਈ ਹੋਰਾਂ ਕੋਲ ਜਿਹੜਾ ਨਾ ਹੁਣ ਵੀ ਤਾਂ ਕੰਮ ਕਰਾਉਂਦੇ ਹਾਂ ਜੀ, ਬੈਂਚ ਬਣ ਜਾ ਸਨ ਛੋਟੇ ਛੋਟੇ,
ਫਿਰ ਤਾਂ ਕਿ ਉਹਦੇ ਸਬਜ਼ੀ ਵਗੈਰਾ ਜ਼ਮੀਨ 'ਤੇ ਰੱਖਣ ਨਾਲ ਬਿਹਤਰ ਹੈ ਕਿ ਜਿਹੜੀ ਨਾ ਉੱਪਰ ਰੱਖ ਲਾਂਗੇ। ਇੱਥੇ ਬਾਈ ਮਿਸਤਰੀ ਜਿਹੜਾ ਨਾ ਉਹ ਆ ਜਾਂਦਾ ਜੀ, ਛੋਟੇ ਬੱਚੇ ਬੈਠੇ ਨੇ ਇੱਥੇ ਕਟਾਈ ਕਰਕੇ ਨਾ ਇਹਦੇ ਵਿੱਚ ਫਿਰ ਬਣਾ ਦੇ ਤਿਆਰ। ਬਾਈ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਜੀ ਪਾਵਿਆਂ ਦੀ ਕਟਾਈ ਕਰ ਰਹੇ ਹਨ। ਬਾਕੀ ਫੱਟੇ ਜੀ ਉਹ ਰੱਖ ਕੇ ਲਿਆ ਕੇ ਉਹ ਫਿਰ ਰੰਦਾਈ ਕਰਨਗੇ। ਰੰਦਾਈ ਕਰਕੇ ਤਾਂ ਮੁੜੇ ਇਨਸ਼ਾਅੱਲਾ ਜਿਹੜਾ ਨਾ ਬਾਕੀ ਸਿਲਸਿਲਾ ਵੀ ਨਾਲ ਨਾਲ ਸਾਰੇ ਭੈਣਾਂ ਭਾਈਆਂ ਨੂੰ ਦਿਖਾਉਂਦੇ ਹਾਂ ਕਿ ਕਾਰੀਗਰ ਕਿਸ ਤਰੀਕੇ ਅਤੇ ਕੱਪੜੇ ਦੀ ਕਟਾਈ ਕਰਕੇ ਜਿਸ ਤਰੀਕੇ ਸੂਟ ਸੀਂਦੇ ਹਨ ਉਸ ਤਰ੍ਹਾਂ ਜੀ ਇਹ ਕਮਾਲ ਜੀ ਹਾਲੀ ਸਿਰੇ ਪਾਵੇ ਬਣਾਏ ਹਨ। ਇਤਨੇ ਇੱਕ ਪਲੈਨ ਕਿ ਦਿਲ ਕਰਦਾ ਹੱਥ ਡਾਇਰੈਕਸ਼ਨ ਬਹੁਤ ਜ਼ਬਰਦਸਤ। ਬੜੀ ਪਿਆਰੀ ਕਟਾਈ ਕਰਦੇ ਆ ਭਾਈ, ਬੜੀ ਜ਼ਬਰਦਸਤ, ਬੜਾ ਮਾਸ਼ਾਅੱਲਾ ਲੰਘ ਕੇ ਸਾਫ ਕਾਰੀਗਰ ਨੇ ਬਣਾ ਸਾਰੀਆਂ ਛਿੱਲ ਲਈਆਂ ਛਿੱਲ ਕੇ ਅਤੇ ਬਾਕੀ ਇਹਦੇ ਸੁਰਾਖ ਬਣਾ ਰਿਹਾ ਹੈ। ਮਾਸ਼ਾਅੱਲਾ ਇਹਦਾ ਸਾਰਾ ਕੰਮ ਜਿਹੜਾ ਨਾ ਮਸ਼ੀਨ 'ਤੇ ਕਰ ਰਿਹਾ, ਕੁਛ ਹੱਥਾਂ 'ਤੇ ਕਰੇਦਾ। ਇਤਨੀ ਪੱਕੀ ਲੱਕੜ ਜੀ ਨੇਮ ਆਪਣੇ ਜੀ ਦੇਖ ਸਕਦੇ ਹੋ ਵੀ ਉਹਦੇ ਕਿੰਨਾ ਧੂੰਆਂ ਨਿਕਲ ਰਿਹਾ। ਗਿੱਲੂ ਲਾ ਕੇ ਨਾ ਜੀ ਗਿੱਲੂ ਲਾ ਕੇ ਅਤੇ ਮਾਸ਼ਾਅੱਲਾ ਬੜਾ ਪੱਕਾ ਕੰਮ ਕਰ ਰਿਹਾ ਬਾਈ। ਮਾਸ਼ਾਅੱਲਾ ਜੀ ਇਹਨੂੰ ਉਹਨਾਂ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜੀ। ਪਹਿਲੇ ਉਹਦਾ ਸਮਾਨ ਮੁਕੰਮਲ ਕੀਤਾ ਜੀ, ਰਗੜਾਈ ਵਗੈਰਾ ਕਰਕੇ ਸਫਾਈ ਕਰਕੇ, ਅਤੇ ਬਾਈ ਉਹਨਾਂ ਨੇ ਨਾ ਬੜਾ ਪਿਆਰਾ ਬੜਾ ਮਾਸ਼ਾਅੱਲਾ ਅੱਛਾ ਕੰਮ ਕਰ ਰਹੇ ਨੇ ਉਹਨਾਂ ਜੀ ਗਿੱਲੂ ਲਾ ਕੇ ਤਾਂ ਕਿ ਇਹਦੇ ਨਾਲ ਮਜ਼ਬੂਤੀ ਹੋ ਜਾਸੀ, ਪੱਕਾ ਵੀ ਹੋ ਜਾਸੀ, ਕਿੱਲ ਵੀ ਲੱਗ ਸਕ ਕਿੱਲ ਵੀ ਇਹਨੂੰ ਜ਼ਰੂਰ ਲੱਗਣਗੇ। ਅਤੇ ਹਾਂਜੀ ਅਤੇ ਟਾਂਚੇ ਤਿਆਰ ਹੋ ਗਏ, ਇੱਕ ਉਹ ਬਣ ਗਿਆ ਜੀ, ਇੱਕ ਉਹ ਸਾਹਮਣੇ ਬਣਿਆ ਪਿਆ ਔਰ ਇੱਕ ਤੀਸਰਾ ਉਹ ਬਣ ਗਿਆ ਜੀ। ਅਤੇ ਕਹਿੰਦੇ ਹੁਣ ਜੀ ਫੱਟੇ ਆ ਵੀ ਫੱਟੇ ਵੀ ਤਿਆਰ ਹੋ ਰਹੇ ਹਨ, ਕਿਉਂਕਿ ਉੱਤੇ ਰਗੜਾਈ ਕਰਕੇ ਫਿਰ ਫੱਟੇ ਲਾਵਾਂਗੇ ਜੀ। ਇਹ ਹਾਲ ਹੈ ਇਹ ਛੋਟੀ ਛੋਟੀ ਨਾ ਡੇਢ ਇੰਚ ਦਾ ਡੇਢ ਫੁੱਟ ਦਾ ਹੋ ਗਿਆ ਤਿਆਰ ਹੋ ਗਿਆ। ਬਾਕੀ ਸਫਾਈ ਰਹਿ ਗਈ ਉਹ ਵੀ ਕਰਦੇ ਹਾਂ, ਦੂਸਰਾ ਭਾਈ ਜਿਹੜੇ ਨਾਲ ਲੱਗੇ ਹੋ ਔਰ ਇਹ ਭਾਈ ਜਿਹੜਾ ਸਫਾਈ ਕਰ ਰਿਹਾ ਹੋ ਗਿਆ ਸਾਰਾ। ਦੋ ਬੈਡ ਜੀ ਬਾਹਰ ਬਣ ਗਏ ਨਾ, ਉਹ ਪੈਣ ਬਾਹਰ ਜੀ ਇੱਕ ਤਾਂ ਅਸੀਂ ਬੈਠ ਕੇ ਜੀ ਰੋਟੀ ਖਾਂਦੇ ਪਏ ਹਾਂ, ਮਿਸਤਰੀ ਬਾਈ ਹੋਰੇ ਵੀ ਔਰ ਮੈਂ ਵੀ ਜੀ ਨਾਲ ਰੋਟੀ ਖਾ ਰਹੇ ਹਾਂ। ਬੈਂਚ ਲੈ ਕੇ ਜੀ ਹੁਣ ਚੱਲਦੇ ਹਾਂ ਘਰ, ਅੱਲਾ ਦਾ ਸ਼ੁਕਰ ਹੈ ਵੀ ਤਿਆਰ ਹੋ ਗਿਆ ਔਰ ਮੇਰੀਆਂ ਲੱਕੜਾਂ ਜਿਹੜੀਆਂ ਨਾ ਇਤਨੀਆਂ ਬਚ ਵੀ ਗਈਆਂ, ਜਿਹੜੀ ਨਿੰਮ ਪੱਟੀ ਸੀ ਨਾ ਗਰਵੇ ਦਰਖਤ ਉਹਦੇ ਬਾਲੇ 'ਚ ਆਏ ਹੋਏ ਸੀ, ਇਤਨੀਆਂ ਲੱਕੜਾਂ ਬਚ ਗਈਆਂ, ਇਹਦੀ ਕੋਈ ਚੀਜ਼ ਹੋਰ ਬਣਵਾ ਲਾਂਗੇ ਜਦੋਂ ਅੱਲਾ ਪਾਕ ਹਿੰਮਤ ਦੇਵੇਗਾ। ਹਾਲੇ ਤੱਕ ਤਾਂ ਫਿਰ ਬੈਂਚਾਂ ਦੀ ਮਜ਼ਦੂਰੀ ਹੈਗੀ ਸੀ ਮੇਰੇ ਕੋਲ, ਉਹ ਮੈਂ ਦੇ ਕੇ ਅਤੇ ਹੁਣ ਚੱਲਿਆ, ਅੱਲਾ ਖੈਰ ਕਰ ਸੀ ਇਨਸ਼ਾਅੱਲਾ। ਅਤੇ ਹੁਣ ਘਰ ਜਾ ਕੇ ਮੁਲਾਕਾਤ ਹੋ ਸੀ ਜੀ, ਮੈਂ ਚੱਲ ਕੇ ਘਰ ਦਿਖਾਉਂਦੇ ਹਾਂ ਤੁਹਾਨੂੰ। ਔਰ ਮਿਸਤਰੀ ਬਾਈ ਹੋਰਾਂ ਦਾ ਬਹੁਤ ਸ਼ੁਕਰੀਆ, ਉਹਨਾਂ ਜੀ ਖਾਣਾ ਮੰਗਾਇਆ ਇੱਥੇ, ਉਹਨਾਂ ਕਿਹਾ ਬਾਈ ਖਾ ਕੇ ਜਾਂ ਸੁਬਹਾ ਦਾ ਬੈਠ। ਬੈਂਚ ਤਿੰਨੇ ਮੁਕੰਮਲ ਹੋ ਗਏ, ਮਿਸਤਰੀ ਬਾਈ ਨੇ ਬੜੇ ਸੋਹਣੇ ਬਣਾਏ ਦੇਖ ਸਕਦੇ ਹੋ, ਬੜੇ ਲੇਵਲ ਜੀ ਆਏ ਜੀ, ਬੜਾ ਆਏ ਉਸ ਤੋਂ ਛੋਟਾ ਆਓ ਜੀ ਉਸ ਤੋਂ ਛੋਟਾ, ਤਿੰਨ ਕਿਸਮ ਦੇ ਜਿਹੜੇ ਨਾ। ਹਾਂਜੀ ਅਤੇ ਮੈਂ ਨਾ ਮਾਸ਼ਾਅੱਲਾ ਨਾ ਆਹ ਥੱਲਿਓਂ ਵਿਹੜੇ ਦੀ ਸਫਾਈ ਕਰਕੇ ਗਈ ਹੈਗੀ ਸੀ ਔਰ ਕਿਚਨ ਦੀ ਵੀ ਸਾਰੀ, ਕਿਉਂਕਿ ਅਸੀਂ ਦੁਪਹਿਰ ਟਾਈਮ ਰੋਟੀ ਬਣਾਈ ਸੀ, ਅੱਜ ਬੱਚੀਆਂ ਨੇ ਬਣਾ ਕੇ ਦਿੱਤੀ ਕਿਉਂਕਿ ਮੇਰੇ ਕੋਲ ਐਵੇਂ ਉੱਠਿਆ ਨਹੀਂ ਗਿਆ ਹੈਗਾ।
ਅਤੇ ਜੀ ਅਸੀਂ ਨਾ ਬੱਚਿਆਂ ਤੋਂ ਡਰਦੇ ਹਾਂ ਨਾ, ਆਹ ਪੜਦਾ ਜਿਹੜਾ ਨਾ ਉੱਤੇ ਰੱਖ ਦਿੱਤਾ ਹੈਗਾ ਅਤੇ ਆਹ ਜਿਹੜਾ ਥੱਲੇ ਲਟਕਦਾ ਪਿਆ ਹੈਗਾ ਕਿਉਂਕਿ ਉਹ ਬੱਚਿਆਂ ਨੇ ਨਾ ਮੈਂ ਕਿਹਾ ਖਿੱਚ ਖਿੱਚ ਕੇ ਤੋੜ ਦੇਣੇ ਹੈਗੇ ਨੇ ਇਸ ਵਾਸਤੇ। ਔਰ ਮਾਸ਼ਾਅੱਲਾ ਨਾ ਸਫਾਈ ਵਗੈਰਾ ਤਾਂ ਸਾਰੀ ਹੋ ਗਈ ਹੈਗੀ ਆ ਅਤੇ ਅੱਜ ਮਾਸ਼ਾਅੱਲਾ ਨਾ ਮੌਸਮ ਵੀ ਠੀਕ ਹੈਗਾ ਹੈ, ਇੰਨੀ ਜ਼ਿਆਦਾ ਧੁੱਪ ਨਹੀਂ ਹੈਗੀ। ਔਰ ਮਾਸ਼ਾਅੱਲਾ ਨਾ ਇੱਧਰੋਂ ਵੀ ਮੈਂ ਸਾਰੀ ਹੀ ਸਫਾਈ ਕਰ ਲਈ ਹੈਗੀ ਹੈ। ਹਾਂਜੀ, ਅਤੇ ਬਾਕੀ ਮਾਸ਼ਾਅੱਲਾ ਨਾ ਆਹ ਜਿਹੜੀ ਜਗ੍ਹਾ ਹੈਗੀ ਨਾ ਇਹ ਤਾਂ ਵੈਸੇ ਖੁੱਲ੍ਹਾ ਮੈਦਾਨ ਅਸੀਂ ਰੱਖਿਆ ਹੋਇਆ ਹੈਗਾ ਹੈ ਜੀ, ਦੂਸਰਾ ਨਾ ਕੋਈ ਦੁੱਖ ਸੁੱਖ ਵੀ ਹੋਵੇ ਬੰਦਾ ਇੱਥੇ ਤੰਬੂ ਵਗੈਰਾ ਹੀ ਲਾ ਲੈਂਦਾ ਹੈਗਾ ਨਾ। ਹੁਣ ਬੱਚੀ ਦਾ ਇੱਥੇ ਬੜਾ ਸੋਹਣਾ ਇੰਤਜ਼ਾਮ ਹੋ ਗਿਆ ਹੈਗਾ ਸੀ ਇਸ ਵਾਸਤੇ, ਅੱਲਾਹ ਪਾਕ ਜੀ ਖੈਰ ਕਰੇਗਾ ਜੀ। ਮਾਸ਼ਾਅੱਲਾ ਨਾ ਹਵਾ ਵੀ ਚੱਲਦੀ ਪਈ ਹੈਗੀ ਹੈ ਅਤੇ ਮੌਸਮ ਬਸ ਥੋੜ੍ਹੀ ਥੋੜ੍ਹੀ ਧੁੱਪ ਹੈਗੀ ਹੈ ਕਾਫੀ ਨਾ, ਮੌਸਮ ਅੱਗੇ ਨਾਲ ਕਾਫੀ ਠੀਕ। ਹਾਂਜੀ, ਅਤੇ ਮਾਸ਼ਾਅੱਲਾ ਨਾ ਅੱਜ ਜੀ ਜ਼ਰਾ ਕਬੂਤਰਾਂ ਦਾ ਵੀ ਖਿਆਲ ਮੈਨੂੰ ਆਪ ਨੂੰ ਰੱਖਣਾ ਪਵੇਗਾ ਕਿਉਂਕਿ ਜੀ ਅਸਲਮ ਜੀ ਹੈ ਨਹੀਂ ਅਤੇ ਕਬੂਤਰਾਂ ਦਾ ਮੈਂ ਕਿਹਾ ਵੇਖ ਨਹੀਂ ਹੈਗੀ ਕਿ ਪਾਣੀ ਪੂਣੀ ਹੈਗਾ ਵੀ ਹੈ ਕਿ ਨਹੀਂ, ਲਾਇਆ ਵੀ ਅੱਜ ਅਸਲਮ ਜੀ ਕੋਈ ਨਹੀਂ ਹੈਗੇ ਅਤੇ ਉਹਦੇ ਕਬੂਤਰਾਂ ਦਾ ਬਿਲਕੁਲ ਪਾਣੀ ਵੀ ਖਤਮ ਹੋਇਆ ਹੋਇਆਗਾ ਔਰ ਦਾਣੇ ਵੀ, ਅਤੇ ਹੁਣ ਇਹਨਾਂ ਨੂੰ ਕੋਈ ਦਾਣੇ ਵੀ ਥੱਲੇ ਲਿਆ ਕੇ ਪਾਉਣੀ ਹੈਗੀਆਂ ਅਤੇ ਪਾਣੀ ਵੀ ਰੱਖਣੀ ਹੈਗੀ ਉੱਤੇ, ਅਤੇ ਮੈਂ ਤਾਂ ਇਸ ਵਜ੍ਹਾ ਤਾਂ ਮੇਰੀ ਕੋਈ ਸ਼ਾਇਦ ਤਬੀਅਤ ਖਰਾਬ ਹੈਗੀ ਸੀ, ਮੈਂ ਸੁਬਹਾ ਦੀ ਉੱਪਰ ਆਈ ਵੀ ਨਹੀਂ ਹੈਗੀ ਔਰ ਥੱਲੇ ਹੀ ਹੈਗੀ ਸੀ, ਹੁਣ ਥੋੜ੍ਹਾ ਜਿਹਾ ਉੱਠੀ ਹੈਗੀ, ਥੋੜ੍ਹਾ ਕੰਮ ਕੀਤਾ ਹੈਗਾ ਘਰ ਦਾ, ਕੰਮ ਕੁੰਮ ਕਰਕੇ ਮੈਂ ਚਲੋ ਵੇਖ ਲੈਂਦੀ ਹੈਗੀ ਕਬੂਤਰਾਂ ਨੂੰ। ਚਲੋ ਜੀ, ਇਹਨਾਂ ਨੂੰ ਹੁਣ ਮੈਂ ਲਿਆ ਕਰਾਂ, ਆਹ ਦੇਖੋ ਇੱਧਰ ਉੱਧਰ ਵੇਖਦੇ ਪਏ ਹੈਗੇ ਨੇ ਸਾਰੇ, ਅਤੇ ਚਲੋ ਮਜ਼ੀਦ ਇਹਨਾਂ ਨੂੰ ਮੈਂ ਪਾਣੀ ਪਾਉਂਦੀ ਹੈਗੀ ਅਤੇ ਦਾਣੇ ਵਗੈਰਾ ਵੀ ਪਾਉਂਦੀ। ਹਾਂਜੀ, ਅਤੇ ਮੈਂ ਨਾ ਲਿਆ ਕੇ ਪਾਣੀ ਲੈ ਕੇ ਆ ਗਈ ਇਹਨਾਂ ਵਾਸਤੇ, ਆਹ ਵੇਖੋ ਕਿੰਨੇ ਪਿਆਸ ਉਹਨਾਂ ਨੂੰ ਲੱਗੀ ਹੋਈ ਸੀ, ਆਹ ਵੇਖੋ ਸਾਰੇ ਹੀ ਪਾਣੀ ਪੀਣ ਲੱਗ ਪੈ ਗਏ, ਪਰ ਜੀ ਦਾਣੇ ਵੀ ਪਾਉਂਦੀ ਹੈਗੀਆਂ, ਆਹ ਦੇਖੋ ਉਹਨਾਂ ਦੀ ਚੋਗ, ਦਾਣੇ ਵੀ ਪਾ ਦਿੱਤੇ, ਇੰਨੀ ਪਿਆਸ ਉਹਨਾਂ ਨੂੰ ਲੱਗੀ ਹੋਈ ਸੀ ਕਿ ਦੇਖ ਲਓ ਸਾਰੇ ਇੱਕੋ ਜਗ੍ਹਾ 'ਤੇ ਇਕੱਠੇ ਹੋ ਗਏ ਹੈਗੇ ਪਾਣੀ ਪੀਣ ਵਾਸਤੇ। ਅਤੇ ਬਸ ਨਾ ਸੁਬਹਾ ਦੀ ਮੈਂ ਆਪਣੀ ਤਬੀਅਤ ਦੀ ਵਜ੍ਹਾ ਤੋਂ ਉੱਤੇ ਨਹੀਂ ਆਈ ਹੈਗੀ, ਅਤੇ ਅਸਲਮ ਜੀ ਤਾਂ ਹੁੰਦੇ ਸੀ ਦੁਪਹਿਰ ਨੂੰ ਦੋ ਤਿੰਨ ਫੇਰੇ ਮਾਰ ਲੈਂਦੇ ਹੈਗੇ ਸੀ ਇਹਨਾਂ ਵੱਲ, ਲੇਕਿਨ ਮੇਰੇ ਕੋਲ ਮੈਂ ਤਾਂ ਹੁਣ ਉੱਠੀ ਹੈਗੀ ਅਤੇ ਹੁਣ ਉੱਪਰ ਆਈ ਹਾਂ, ਵੇਖੋ ਨਾ ਇੰਨੇ ਇਹਨਾਂ ਨੂੰ ਸਾਰਾ ਦਿਨ ਭੁੱਖੇ ਰਹੇ ਹੋਣੇ ਨੇ, ਅਤੇ ਹੁਣ ਮਾਸ਼ਾਅੱਲਾ ਦਾਣੇ ਪਾ ਦਿੱਤੇ ਗਏ ਪਾਣੀ ਵੀ, ਪਰ ਮਾਸ਼ਾਅੱਲਾ ਨਾ ਅੱਜ ਬੱਚੀਆਂ ਕੁੱਪਰੋਂ ਨਾ ਮੈਂ ਝਾੜੂ ਵਗੈਰਾ ਮਾਰਿਆ ਹੈਗਾ ਕਿਉਂਕਿ ਮਹਿਮਾਨ ਹੈਗੇ ਸੀ ਨਾ ਜਦੋਂ, ਅਤੇ ਉੱਤੋਂ ਫਿਰ ਗੰਦ ਗੁੰਦ ਕਾਫੀ ਹੈਗਾ ਸੀ, ਅਤੇ ਇਸ ਵਾਸਤੇ ਮਾਸ਼ਾਅੱਲਾ ਸਾਰਾ ਸਮਾਨ ਇੱਥੇ ਇਕੱਠਾ ਕਰ ਦਿੱਤਾ ਹੈਗਾ, ਮੰਜੀਆਂ ਵੀ, ਪੱਖਾ ਵੀ, ਬਾਕੀ ਉਹ ਝਾੜੂ ਵਗੈਰਾ ਸਾਰਾ ਮਾਰ ਕੇ ਮਾਸ਼ਾਅੱਲਾ ਸਾਰੀ ਸਫਾਈ ਹੋ ਗਈ ਹੈਗੀ। ਔਰ ਮੈਂ ਨੀਚੇ ਨਾ ਸੇਨ ਦੀ ਵੀ ਸਾਰੀ ਕਮਰੇ ਵਗੈਰਾ ਵੀ ਸਾਰਾ ਸਾਫ ਸੂਫ ਕਰ ਆਈ ਹੈਗੀ, ਸਿਰਫ ਸਪੈਸ਼ਲ ਆਈ ਹੈਗੀ ਸੀ ਇਹਨਾਂ ਕਬੂਤਰਾਂ ਨੂੰ ਵੇਖਣ ਵਾਸਤੇ। ਮਾਸ਼ਾਅੱਲਾ ਕਿੱਡੇ ਪਿਆਰੇ ਲੱਗਦੇ ਪਏ ਹੈਗੇ, ਔਰ ਕੋਈ ਇਹਨਾਂ ਦੇ ਵਿੱਚ ਉੱਡ ਗਿਆ ਹੋਵੇ ਤਾਂ ਮੈਨੂੰ ਇਹਨਾਂ ਦਾ ਪਤਾ ਕੋਈ ਨਹੀਂ ਹੈਗਾ ਕਿਉਂਕਿ ਜੀ ਮੈਨੂੰ ਇਹਨਾਂ ਦਾ ਨਹੀਂ ਪਤਾ ਹੈਗਾ ਵੀ ਕਿਸ ਤਰ੍ਹਾਂ ਜਾਂਦੇ ਨੇ ਅਤੇ ਕਿਸ ਤਰ੍ਹਾਂ ਆਉਂਦੇ ਨੇ, ਇਹ ਉਹਨਾਂ ਨੂੰ ਪਤਾ ਇੱਕ ਵਿੱਚੋਂ ਘੱਟ ਹੋਵੇ ਤਾਂ ਉਹਨਾਂ ਆਉਂਦੇ ਹੀ ਵੇਖਣੇ ਹੈਗੇ ਵੀ ਇੱਕ ਘੱਟ ਹੈਗਾ ਵਿੱਚੋਂ, ਲੇਕਿਨ ਮੈਨੂੰ ਤਾਂ ਨਹੀਂ ਪਤਾ ਹੈਗਾ, ਮੈਂ ਤਾਂ ਜਿਹੜੇ ਹੈਗੇ ਸੀ ਪਾਣੀ ਵਗੈਰਾ ਪਾ ਦਿੱਤਾ ਹੈਗਾ, ਮੈਂ ਵੀ ਬਹਿ ਜਾਵਾਂ ਜੀ ਬਹਿ ਜਾਓ। ਹਾਂਜੀ, ਅਤੇ ਮਾਸ਼ਾਅੱਲਾ ਬੇਗਮ ਸਭਾ ਕੋਲ ਪੁੱਛਣੇ ਆ ਕਿ ਘਰ ਕੋਈ ਸਬਜ਼ੀ ਵਗੈਰਾ ਜਾਂ ਕੁਛ ਲਿਆਉਂਦੀ ਨੇ, ਕਿਉਂਕਿ ਮੈਂ ਤਾਂ ਸਵੇਰ ਦਾ ਗਿਆ ਸੀ ਜੀ ਅਤੇ ਹੁਣ ਆਇਆ, ਅਤੇ ਹਾਂਜੀ ਕੀ ਹੋ ਰਿਹਾ? ਹਾਂਜੀ ਮਾਸ਼ਾਅੱਲਾ, ਅਸੀਂ ਕੁਛ ਵੀ ਨਹੀਂ, ਅਸੀਂ ਤੁਹਾਡੀਆਂ ਚੀਜ਼ਾਂ ਚੂਜ਼ਾਂ ਕੱਢੀਆਂ ਹੈਗੀਆਂ ਜਿਹੜੀਆਂ ਆਪਕੋ ਤਰਪਾਲ ਵਗੈਰਾ ਕੱਢੀ ਹੈਗੀ ਸੀ ਜਿਹੜੀ ਹਾਂਜੀ, ਬਾਕੀ ਕੋਈ ਜਿਹੜਾ ਥੋੜ੍ਹਾ ਬਹੁਤ ਸਮਾਨ ਵਿੱਚ ਪਿਆ ਸੀ ਉਹ ਵੀ ਕੱਢ ਲਿਆ ਹੈਗਾ। ਹਾਂਜੀ, ਕੰਡਾ ਵੱਟਾ ਵਗੈਰਾ ਪਿਆ ਸੀ ਅਤੇ ਮਾਸ਼ਾਅੱਲਾ ਜਿਹੜਾ ਨਾ ਇਹ ਜੀ ਫਲੈਕਸ ਬਣਾਈ ਹੋਈ ਸੀ ਪਹਿਲੇ ਜੀ, ਆਹ ਸਬਜ਼ੀਆਂ ਵਗੈਰਾ ਜਿਹਦੇ ਉੱਤੇ ਬਣੀਆਂ ਹੋਈਆਂ ਸੀ ਜਦੋਂ ਪਹਿਲੇ ਦੁਕਾਨ ਹੁੰਦੀ ਸੀ ਜੀ, ਕਿਉਂਕਿ ਮੈਂ ਸ਼ੁਰੂ ਤੋਂ ਕਰਦਾ ਇਹੋ ਹੀ ਕੰਮ ਸੀ, ਮੈਨੂੰ ਤਾਂ ਹੋਰ ਕੰਮ ਆਉਂਦਾ ਕੋਈ ਨਹੀਂ, ਕਿ ਤੰਦੂਰ ਬਣਾ ਲਈਦੇ ਸੀ ਜੀ,
ਤੇ ਉਸ ਤੋਂ ਬਾਅਦ ਜੀ ਇਹੀ ਕੰਮ ਸਬਜ਼ੀ ਦਾ ਕਰਦਾ ਸੀ। ਤੇ ਬੱਚਿਆਂ ਨੂੰ ਕਿਹਾ ਹੈਗਾ ਕਿ ਚਾਵਲ ਪਕਾ ਲਓ, ਹਾਂਜੀ ਚਾਵਲ ਪਕਾ ਲੈਣੀਆਂ, ਔਰ ਜਿਹੜੀਆਂ ਛੋਟੀਆਂ ਨੂਰ ਫਾਤਮਾ ਅੱਜ ਮਾਰੀ ਹੈਗੀਆਂ, ਹਾਂਜੀ ਚਲੇ ਗਈਆਂ, ਜਿਹਨਾਂ ਆਪਣੇ ਚਾਚੂ ਉਹਨਾਂ ਦੇ ਬੱਚੇ ਆਏ ਹੋਏ ਸੀ ਦੁਪਹਿਰ ਟਾਈਮ ਸਾਰੇ, ਤੇ ਉਹਨਾਂ ਦੇ ਨਾਲ ਹੀ ਚਲੇ ਗਈਆਂ ਹੈਗੀਆਂ। ਮੇਰੀ ਕੁਛ ਤਬੀਅਤ ਖਰਾਬ ਹੈਗੀ ਸੀ ਤੇ ਮੈਂ ਨਾ ਬੱਚਿਆਂ ਨੂੰ ਵੇਖਿਆ ਨੀ, ਮੈਂ ਚਲੋ ਜੇ ਜਾਣਾ ਹੈਗਾ ਤੇ ਚਲੇ ਜਾਣ, ਤੇ ਇਸ ਵਾਸਤੇ ਉੱਧਰ ਚਲੇ ਗਏ ਹੁਣ ਖਾਣਾ ਪਕਾਉਣਾ। ਜਿਹੜੇ ਬੱਚੀਆਂ ਹੈਗੀਆਂ ਨਾ ਉਹਨਾਂ ਨੂੰ ਚਾਵਲ ਮੈਂ ਲਿਆ ਦਿੱਤੇ, ਮੈਂ ਚਲੋ ਤੁਸੀਂ ਚਾਵਲ ਪਕਾ ਲਓ ਜੀ। ਸਹੀ ਹੋ ਗਿਆ, ਦੱਸੇ ਨੀ ਨੇ ਮੈਂ ਤਾਂ ਵੀ ਕੋਈ ਨੀ ਹੋਵੇ ਦੇਣ ਛੋਟੇ ਬੱਚੇ। ਹਾਂਜੀ ਉਹ ਚਲੇ ਗਏ ਉਹਦੇ, ਤੇ ਅੱਲਾ ਪਾਕ ਜੀ ਖੈਰ ਕਰੇਗਾ ਤੇ ਅੱਲਾ ਨਾ ਜਿੱਥੇ ਅੱਲਾ ਤਾਲਾ ਨੂੰ ਯਾਦ ਕਰਕੇ ਨਾ ਅਸੀਂ ਆਪਣਾ ਨਾ ਕਾਰੋਬਾਰ ਲੱਗੇ ਜੀ ਸ਼ੁਰੂ ਕਰਨ, ਤੇ ਇਨਸ਼ਾ ਅੱਲਾ ਤਾਲਾ ਅੱਲਾ ਤਾਲਾ ਕੀਮਤ ਵੀ ਦੇਗਾ, ਔਰ ਕਾਰੋਬਾਰ ਜਿਹੜਾ ਵੀ ਹੈਗਾ ਨਾ ਪੈਸੇ ਨਾਲ ਸ਼ੁਰੂ ਹੁੰਦਾ ਹੈਗਾ। ਹਾਂਜੀ ਅੱਲਾ ਪਾਕ ਜੀ ਇਨਸ਼ਾ ਅੱਲਾ ਹਿੰਮਤ ਦੇਵੇਗਾ ਸਾਨੂੰ, ਤੇ ਬਾਕੀ ਚੀਜ਼ਾਂ ਚੂਜ਼ਾਂ ਕੋਲ ਖੱਟੇ ਵਗੈਰਾ ਹੈਗੇ ਸੀ ਕੁਛ ਸਾਡੇ ਕੋਲ ਅੱਗੇ ਵੀ ਆਏਗਾ ਸੀ, ਇੱਕ ਉਹ ਦੋ ਤਿੰਨ ਅਸੀਂ ਅੱਜ ਬਣਵਾ ਲਏ ਹੈਗੇ ਹਾਂ। ਹਾਂਜੀ ਸਾਡੀ ਨਿੰਮ ਦਾ ਬੜਾ ਫਾਇਦਾ ਹੋਇਆ ਹੈਗਾ ਸਾਨੂੰ, ਕੋਈ ਗੁੰਜਾਇਸ਼ ਦੇਵੇਗਾ ਅੱਲਾ ਪਾਕ, ਕਿਉਂਕਿ ਹੁਣ ਪੈਸਿਆਂ ਦਾ ਬੰਦੋਬਸਤ ਕੋਈ ਕਰਾਂਗੇ, ਕੁਝ ਅੱਲਾ ਪਾਕ ਦੇਵੇਗਾ ਹਿੰਮਤ ਇਨਸ਼ਾਅੱਲਾ ਜਿਹੜਾ ਨਾ। ਹਾਂਜੀ ਨਾਲ ਜੀ ਤੰਦੂਰ ਵਗੈਰਾ ਬਣਾ ਲੈਂਦੇ ਹਨ, ਕਿਉਂਕਿ ਤੰਦੂਰਾਂ ਦਾ ਕੰਮ ਹੈ ਸੀਜ਼ਨ ਸਾਡਾ ਜੀ 2 ਮਹੀਨਿਆਂ 3 ਦਾ ਹੁੰਦਾ, ਅਤੇ ਉਹ ਜੀ 2 ਮਹੀਨੇ ਸਾਡਾ ਕੰਮ ਅਸੀਂ ਕਰਦੇ ਹਾਂ ਗਰਮੀਆਂ ਦੇ ਦਿਨਾਂ 'ਚ, ਕਿਉਂਕਿ ਉਸ ਤੋਂ ਬਾਅਦ ਜਿਹੜਾ ਨਾ ਅੱਗੋਂ ਥੋੜ੍ਹੀ ਠੰਡ ਪੈ ਜਾਵੇ ਤਾਂ ਤੰਦੂਰ ਨਹੀਂ ਇਤਨੇ ਸੇਲ ਹੁੰਦੇ, ਫਿਰ ਕੰਮ ਕੋਈ ਨਹੀਂ ਹੁੰਦਾ ਜੀ। ਉਹ ਪਿਛਲੇ ਦਿਨ ਮੈਂ ਜਿਹੜਾ ਨਾ ਕੰਮ ਉੱਥੇ ਸਬਜ਼ੀ ਸੁਬਜ਼ੀ ਵੇਚ ਲੈਂਦਾ, ਸ਼ੁਕਰ ਅੱਲਾ ਦਾ ਵੀ 2 ਵਕਤ ਦੀ ਜੇ ਰੋਟੀ ਹੈ ਨਾ ਜੀ ਉਹ ਮੈਂ ਲੈ ਆਉਂਦਾ ਬੱਚਿਆਂ ਦੀ, ਕਿਉਂਕਿ ਜੇ ਚਲਾ ਜਾਵਾਂ ਨਾ ਕਿਧਰੇ ਦੂਰ ਕਿਸੇ ਫੈਕਟਰੀ ਵਗੈਰਾ 'ਚ ਕੰਮ ਕਰਾਂ, ਮਹੀਨੇ ਬਾਅਦ ਤਨਖਾਹ ਮਿਲੇਗੀ ਜੀ, ਮਹੀਨੇ ਬਾਅਦ ਫਿਰ ਸਾਡਾ ਕੋਲ ਇੱਥੇ ਨਿਜ਼ਾਮ ਪਿੰਡਾਂ ਦਾ ਇਸ ਤਰ੍ਹਾਂ ਦਾ ਕਿ ਨਾ ਤਾਂ ਉਧਾਰ ਕਿਧਰੋਂ ਮਿਲਦਾ ਹੈ ਕਿ ਬੰਦਾ ਉਧਾਰ ਲੈ ਕੇ ਵੀ ਚਲੋ ਬੱਚਿਆਂ ਦਾ ਗੁਜ਼ਾਰਾ ਕਰੇ, ਉਹ ਗੱਲ ਵੀ ਕੋਈ ਨਹੀਂ, ਹਰ ਕਿਸੇ ਕੋਲ ਸਰਮਾਇਆ ਉਤਨਾ ਉਤਨਾ ਹੁੰਦਾ ਹੈ ਇਸ ਵਾਸਤੇ। ਅਤੇ ਸੱਜੀ ਇਹੀ ਗੱਲ ਹੈ ਮਿਹਨਤ ਵੀ ਸ਼ਾਮ ਨੂੰ 1,500 ਰੁਪਈਆ ਲਿਆਵਾਂਗਾ ਸਬਜ਼ੀ ਵੇਚ ਕੇ, ਅਤੇ ਸ਼ਾਮੀ ਬੱਚੇ 2 ਵਕਤ ਦੀ ਰੋਟੀ ਜਿਹੜੀ ਨਾ ਉਹ ਆਸਾਨੀ ਨਾਲ ਖਾ ਲੈਣਗੇ। ਅਤੇ ਮਾਸ਼ਾਅੱਲਾ ਅੱਲਾ ਪਾਕ ਦਾ ਲੱਖ ਲੱਖ ਸ਼ੁਕਰ ਹੈ ਕਿ ਘਰ ਦੀ ਅੱਗੇ ਮੈਨੂੰ ਤੰਗੀ ਹੈਗੀ ਸੀ, ਉਹ ਅੱਲਾ ਤਾਲਾ ਦਾ ਬੰਦਿਆਂ ਦਾ ਬਹੁਤ ਸ਼ੁਕਰੀਆ ਹੈ, ਅੱਲਾ ਪਾਕ ਸਾਰਿਆਂ ਨੂੰ ਖੁਸ਼ ਅਤੇ ਆਬਾਦ ਰੱਖੇ, ਜਿੰਨਾ ਭੈਣਾਂ ਭਾਈਆਂ ਸਾਰਿਆਂ ਨੇ ਤਾਵਨ ਕੀਤਾ ਮੇਰਾ ਘਰ ਤਿਆਰ ਹੋ ਗਿਆ, ਅਤੇ ਰੱਬ ਦੀ ਰਹਿਮਤ ਹੈ ਸ਼ੁਕਰ ਹੈ ਵੀ ਹੁਣ ਮੇਰੇ ਬੱਚੇ ਜਿਹੜੇ ਨਾ ਪੁਰਸਕੂਨ ਜ਼ਿੰਦਗੀ ਗੁਜ਼ਾਰਨਗੇ, ਅਤੇ ਬਾਕੀ ਰੋਜ਼ੀ ਜਿਹੜੀ ਉਹ ਅੱਲਾ ਨੇ ਵਾਅਦਾ ਕੀਤਾ ਹੋਇਆ ਉਹ 2 ਵਕਤ ਦੀ ਇਨਸ਼ਾਅੱਲਾ ਅੱਲਾ ਪਾਕ ਦੇਵੇਗਾ। ਅਤੇ ਸਾਰਿਆਂ ਭੈਣਾਂ ਭਾਈਆਂ ਦਾ ਬਹੁਤ ਸ਼ੁਕਰੀਆ ਹੈ ਕਿ ਸਾਡੇ ਇਤਨੇ ਪਿਆਰੇ ਤੁਸੀਂ ਸਪੋਰਟ ਕਰਦੇ ਪਿਓ, ਅਤੇ ਅੱਲਾ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ। ਅੱਜ ਨਾ ਬੇਗਮ ਸਾਹਿਬ ਦੀ ਤਬੀਅਤ ਖਰਾਬ ਹੋਈ ਕਾਫੀ ਸਾਰੇ, ਹਾਂਜੀ ਮੈਂ ਦਰਅਸਲ ਨਾ ਸੁਬਹਾ ਦਾ ਗਿਆ ਹੋਇਆ ਸੀ ਉਹ ਫੱਟੇ ਬਣਾਉਣ ਵਾਸਤੇ, ਸੁਬਹਾ ਦਾ ਉੱਥੇ ਨਾਲ ਮਿਸਤਰੀ ਬਾਈ ਦੇ ਨਾਲ ਕੰਮ ਕਰਾਉਂਦਾ ਰਿਹਾ, ਨਾਲ ਹੀ ਫੱਟੇ ਬਣਾਉਣ, ਕਿਉਂਕਿ ਤੁਹਾਨੂੰ ਸਾਰਾ ਵੀਡੀਓ ਵਿੱਚ ਸ਼ੇਅਰ ਵੀ ਕੀਤਾ ਹੈ, ਸੁਬਹਾ ਤੋਂ ਲੈ ਕੇ ਹੁਣ ਤੱਕ ਜੀ ਉਹ ਬਣਵਾ ਕੇ ਆਗੂ, ਇਹਨਾਂ ਦੀ ਤਬੀਅਤ ਖਰਾਬ ਹੋਈ, ਕਹਿੰਦੇ ਹਨ ਜੀ ਅਸੀਂ ਅੱਜ ਖਾਣਾ ਨਹੀਂ ਪੱਕਦਾ, ਅਤੇ ਬੱਚੀਆਂ ਵੱਡੀਆਂ ਨੇ ਕਿਹਾ ਕਿ ਪਾਪਾ ਜੀ ਅਸੀਂ ਜਿਹੜਾ ਨਾ ਕੋਈ ਚੌਲ ਵਗੈਰਾ ਬਣਾ ਲੈਂਦੇ ਹਾਂ, ਮੈਂ ਕਿਹਾ ਠੀਕ ਹੈ ਜੀ ਉਹ ਤੁਸੀਂ ਬਣਾ ਲਓ।
ਤੇ ਅੱਜ ਦੇ ਵਲਾਗ ਕੇ ਪੈਣਾ ਬਾਈਆਂ ਤੇ ਇਜਾਜ਼ਤ ਵੀ ਚਾਹੁੰਦੇ ਆ, ਜ਼ਿੰਦਗੀ ਰਹੀ ਤੇ ਇਨਸ਼ਾਅੱਲਾ ਸਭ ਸਾਡੇ ਭੈਣ ਭਾਈ ਨੂੰ ਖੁਸ਼ ਰੱਖੇ, ਅੱਲਾ ਪਾਕ ਤੇ ਆਬਾਦ ਰਵੇ, ਅੱਲਾ ਪਾਕ ਨਾਲ ਢੇਰ ਸਾਰੀਆਂ ਖੁਸ਼ੀਆਂ ਦੇਵੇ ਸਭ ਨੂੰ ਔਰ ਸਭ ਦੀਆਂ ਪਰੇਸ਼ਾਨੀਆਂ ਦੂਰ ਕਰੇ ਜੀ, ਅੱਲਾ ਪਾਕ ਖੁਸ਼ ਰੱਖੇ ਆਬਾਦ ਰੱਖੇ ਜੀ। ਅੱਜ ਦੇ ਵਲਾਗ ਵਿੱਚ ਇਜਾਜ਼ਤ ਚਾਹੁੰਦੇ ਹਾਂ ਜੀ, ਅੱਲਾ ਹਾਫਿਜ਼, ਅੱਲਾ ਹਾਫਿਜ਼।